कैसे लगी और किस चीज़ से लगी बताए। वाहिगुरु जी का खालसा, वाहिगुरु जी की फतेह। हम शंभू बैरियर पे अपना पीसफुल प्रोजेक्ट कर रहे थे, कम से कम कोई आधा किलोमीटर पीछे होंगे हम। सरकार द्वारा जो आंसू गए, एक और बम्ब है जो फेंका जाता ऊपर से, एक पेट्रोल बम्ब है जो फेंका जा रहा है सरकार की तरफ से, उसमें कांच बड़ा होता है, वो जो पेट्रोल बम्ब फेंका है वो आके मेरे बाजू पे लगा है, बाजू के साथ इस बाजू पे भी लगा है, ये सारा पेट्रोल पम्प के अंदर से जो कांच निकला है वो लगा हुआ है जी। ये आंखों में भी आपके इसी तरह? हाँ, ये सभी वो एक बम्ब ने, एक बम्ब का ही सभी नुकसान किया हुआ है। लगभग कितने बजे के आसपास ये? कल कोई साढ़े तीन बजे के आसपास। कल या फिर एक कल, कल 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 साढ़े तीन बजे शाम को? शाम को। हाँ, ये कल शंभू बॉर्डर के बीच में जो ये हरियाणा वहीं पे हुआ है? हाँ है, वही हुआ, शंभू में हुआ। ਜੀ ਉੱਥੇ ਖੜੇ ਸੀਗੇ ਜੀ, ਜਿਵੇਂ ਆਪਣੇ ਕਿਸਾਨ ਖੜੇ ਨੇ ਜਿੱਥੇ ਪੰਜਾਬ ਦੀ ਹੱਦ ਚ, ਉਧਰੋਂ ਗੋਲੇ ਦਾਗ ਰਹੇ ਸੀ ਉਹ ਦੂਜੇ ਜੀ ਆਸੂ ਗੈਸ ਵਾਲੇ, ਤੇ ਦੂਜੀਆਂ ਪਲਾਸਟਿਕ ਦੀਆਂ ਗੋਲੀਆਂ ਉਹ ਲੱਗ ਰਹੀਆਂ ਸੀ, ਉਹਨਾਂ ਨਾਲ ਜ਼ਖਮੀ ਹੋਏ ਜੀ ਕਾਫੀ ਬੰਦੇ। ਹਾਂਜੀ, ਮੇਰੇ ਪੈਰ ਚ ਲੱਗੇ। ਇਹ ਲੱਗੇ ਸੀ ਜੀ ਕੋਈ ਚਾਰ ਕੁ ਵਜੇ, ਤਿੰਨ ਚਾਰ ਕੁ ਵਜੇ ਦੇ ਕਰੀਬ ਜੀ। ਹਾਂਜੀ ਹਾਂ, ਹਰਿਆਣੇ ਤੋਂ ਹੀ ਆ ਰਹੇ ਸੀ ਪੰਜਾਬ ਚ, ਪੰਜਾਬ ਦੇ ਉਹਦੇ ਕਰਦੇ ਸੀ ਹੱਦ ਚ। ਜਸਪਾਲ ਸਿੰਘ ਜੀ। ਕਾਬਲ ਕਾਲ ਲੱਗੀ ਧਰਨੇ ਉਪਰੋਂ ਜਿਹੜਾ ਡਾਊਨ ਸੀ ਨਾ, ਉਸ ਕੋ ਬੰਬ ਸੁੱਟਤਾ ਸੀ ਉਹ ਲੱਤ ਦੇ ਵਿੱਚ ਜਾਣ ਕੇ, ਆਸੂ ਗੈਸ ਦੇ ਗੋਲੇ ਵੱਜੇ। ਨਹੀਂ ਕੱਲ 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 ਚਾਰ ਵਜੇ ਹਾਂਜੀ। ਨੁਕਸਾਨ ਕੀਤਾ ਸਾਡਾ, ਹੋਰ ਕੁਛ ਨੀ ਕੀਤਾ ਸੀ, ਕੁਛ ਇਹਨਾਂ ਨੂੰ ਕੀ ਤੰਗੀ ਦਿੱਤੀ ਸੀ, ਅਸੀਂ ਆਪਣਾ ਮੰਗਾਂ ਮੰਗਣ ਆਏ ਹਾਂ ਧਰਨੇ, ਜੋ ਸਾਡੀ ਧੱਕੇਸ਼ਾਹੀ ਕਰਦੇ ਕਿਸਾਨਾਂ ਨਾਲ, ਅਸੀਂ ਇੱਧਰ ਧਾਰ ਤੋਂ ਆਏ ਹਾਂ ਪਿੰਡ ਝਵਾਲ ਸਾਡਾ ਜੀ। ਦਲਵੀਰ ਸਿੰਘ ਜੀ। ਆਪਕੋ ਕਿ ਕਬ ਗੋਲੀ ਸਭ ਲਗੀ ਹੈ? ਇਹ ਪਰਸੋਂ ਲੱਗੇ ਸੀਗੇ ਜੀ। ਔਰ ਕਿਸ ਚੀਜ਼ ਸੇ ਲਗੀ ਹੈ ਆਪਕੋ ਪਤਾ? ਉਹ ਗੋਲੀ ਮਾਰੀ ਉਹਨਾਂ ਨੇ, ਬੰਦੂਕ ਚਪਾ ਕੇ ਮਾਰੀ, ਕੁਛ ਹੈਗਾ ਸੀਗਾ ਉਹਨਾਂ ਕੋਲੇ ਕੋਈ ਕਾਰਤੂਸ ਵੀ ਜਿਹੜਾ ਨੁਕਸਾਨ ਪਹੁੰਚਾਉਣ ਜੋ ਉਹ ਸੀਗਾ ਜੀ। ਇਹ ਕਿੰਨੇ ਵਜੇ ਕੇ ਆਸ ਪਾਸ ਦੀ ਘਟਨਾ? ਇਹ ਪਰਸੋਂ ਹੋਇਆ ਸੀਗਾ, ਮਤਲਬ ਪਰਸੋਂ ਨੇ ਸਾਰੇ ਦਿਨ ਚਲਾਏ ਨੇ ਜੀ। ਹਾਂ ਜੀ। ਔਰ ਆਪਕਾ ਨਾਮ ਇੱਕ ਵਾਰ ਬਤਾਓ? ਦਲਵੀਰ ਸਿੰਘ ਜੀ। ਆਪ ਕਹਾਂ ਸੇ ਆਏ ਥੇ ਕਿਸਾਨ ਅੰਦੋਲਨ ਮੇਂ? ਇਹ ਧਮੋੜ ਤੋਂ ਆਏ, ਫਤਿਹਗੜ੍ਹ ਸਾਹਿਬ ਕੋਲ ਜੀ।